ਫੇਰ ਸ਼੍ਰੇਆਸ ਪੇਪਰ ਮਿਲ ਬਣਾ ਤੋਰਸਾ ਵਿੱਚ ਤੂੜੀ ਦਾ ਭੁੰਗ ਲੈ ਕੇ ਆਈ 40 ਦੇ ਵਰਕਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫੈਕਟਰੀ ਪ੍ਰਬੰਧਕਾਂ ਨੇ ਉਕਤ ਨੌਜਵਾਨ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਰੋਪੜ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਫੈਕਟਰੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਬੀਤੀ ਦੇਰ ਰਾਤ ਇੱਕ ਟਰਾਲੀ ਤੂੜੀ ਦਾ ਭੁੰਗ ਲੈ ਕੇ ਸ਼੍ਰੇਆਸ ਪੇਪਰ ਮਿਲ ਵਿੱਚ ਭਾਈ ਭੰਗਤਾ ਤੋਂ ਆਈ ਸੀ। ਫੈਕਟਰੀ ਵਿੱਚ ਵਰਕਰਾਂ ਦੇ ਰਹਿਣ ਦੇ ਲਈ ਕਮਰੇ ਬਣੇ ਹਨ ਅਤੇ ਨਾਲ ਹੀ ਬਾਥਰੂਮ ਬਣੇ ਹੋਏ ਹਨ। ਸਵੇਰ ਨੂੰ ਉਕਤ ਨੌਜਵਾਨ ਬਾਥਰੂਮ ਗਿਆ ਅਤੇ ਕਾਫ਼ੀ ਸਮੇਂ ਤੱਕ ਬਾਹਰ ਨਹੀਂ ਆਇਆ, ਜਦਕਿ ਉਸਦੇ ਸਾਥੀ ਉਸਨੂੰ ਫੋਨ ਕਰ ਰਹੀ ਸੀ ਪਰ ਰਿੰਗ ਜਾ ਰਹੀ ਸੀ ਪਰ ਚੁੱਕ ਨਹੀਂ ਰਿਹਾ ਸੀ। ਇਸ ਦੇ ਉਕਤ ਵਿਅਕਤੀਆਂ ਨੇ ਇਸ ਦੇ ਬਾਰੇ ਫੈਕਟਰੀ ਦੇ ਪ੍ਰਬੰਧਕਾਂ ਨੂੰ ਦੱਸਿਆ ਕਿ ਉਹਨਾਂ ਨੇ ਬਾਥਰੂਮ ਦਾ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਉਕਤ ਨੌਜਵਾਨ ਡਿੱਗ ਪਿਆ ਸੀ ਅਤੇ ਉਸਦੀ ਬਾਂਹ 'ਤੇ ਸੂਈ ਅਤੇ ਸਿਰਿੰਜ ਲੱਗੀ ਹੋਈ ਸੀ, ਜਿਸ ਨੂੰ ਫੈਕਟਰੀ ਦੇ ਡਾਕਟਰਾਂ ਨੇ ਇਲਾਜ ਦੇ ਲਈ ਰੋਪੜ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਜਾਂਚ ਕਰਨ ਦੇ ਉਪਰੰਤ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਕਤ ਵਿਅਕਤੀ ਦੀ ਲਾਸ਼ ਨੂੰ ਮੋਰਚਰੀ ਵਿੱਚ ਰੱਖ ਦਿੱਤਾ। ਉਕਤ ਵਿਅਕਤੀ ਦੀ ਉਮਰ ਕਰੀਬ 25 ਸਾਲ ਦੀ ਸੀ। ਮ੍ਰਿਤ ਵਿਅਕਤੀ ਦੀ ਪਹਿਚਾਣ ਹਰਜਿੰਦਰ ਪੁੱਤਰ ਜੁਗਰਾਜ ਸਿੰਘ ਦੇ ਰੂਪ ਵਿੱਚ ਹੋਈ। ਇਸਦੀ ਸੂਚਨਾ ਮਿਲਦੇ ਸਾਰ ਹੀ ਆਸਰੋ ਚੌਂਕੀ ਦੇ ASI ਰਾਮ ਸ਼ਾਹ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਉਹਨਾਂ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡਾਕਟਰ ਸਾਹਿਬ, ਤੁਹਾਡੇ ਕੋਲ ਇੱਕ ਪੇਸ਼ੈਂਟ ਆਇਆ ਸਰਿਆਸ ਪੇਪਰ ਮਿਲ 'ਚੋਂ ਸਵੇਰੇ, ਜਿਹਦੇ ਕਿ ਰੌਲਾ ਪਿਆ ਕਿ ਉਹਦੇ ਟੀਕਾ ਲਾਇਆ ਉਹਨੇ ਜਿਹੜਾ ਨਸ਼ੇ ਵਗੈਰਾ, ਤਾਂ ਉਹਦੇ ਬਾਰੇ ਜ਼ਰਾ ਦੱਸ ਦਿਓ ਕੀ ਹੈ। ਹਾਂਜੀ, ਸਾਡੇ ਕੋਲ ਸਵੇਰੇ 11 ਵਜੇ ਦੇ ਕਰੀਬ ਉਹ ਪੇਸ਼ੈਂਟ ਆਇਆ ਸੀ। ਉਹਦਾ ਨਾਮ ਕੋਈ ਕੱਚਾ ਨਾਮ ਲੈਂਦੇ ਸੀ ਪਹਿਲੇ, ਹੁਣ ਪਤਾ ਕਰਾਇਆ ਉਹਦਾ ਨਾਮ ਹਰਜਿੰਦਰ ਸਿੰਘ ਹੈ, ਸਨ ਆਫ ਜੁਗਰਾਜ ਸਿੰਘ ਹੈ। ਵੈਸੇ ਉਹ ਬਿਲੋਂਗ ਕਰਦਾ ਭਗਤਾ ਭਾਈਕਾ ਏਰੀਆ ਤੋਂ, ਇੱਥੇ ਕਿਸੇ ਕੋਲ ਕੰਮ ਕਰਦਾ ਸੀਗਾ ਉਹ ਬੰਨਾ ਸਾਈਡ ਤੋਂ, ਅਤੇ ਉਹੀ ਉਹਨੂੰ ਨਾਲ ਦੇ ਉਹਦੇ ਲੈ ਕੇ ਆਏ ਸੀਗੇ। ਅਤੇ ਜਦੋਂ ਪੇਸ਼ੈਂਟ ਆਇਆ ਸੀ ਆਲਰੇਡੀ ਉਹ ਐਕਸਪਾਇਰ ਹੋ ਚੁੱਕਿਆ ਸੀਗਾ। ਅਸੀਂ ਉਹਦਾ BP ਵਗੈਰਾ ਦੇਖਿਆ, ਕੁਛ ਵੀ ਰਿਕਾਰਡ ਨਹੀਂ ਸੀ ਹੋ ਰਿਹਾ, 0 ਸੀ ਸਾਰਾ ਕੁਛ, ECG ਕੀਤੀ ਉਹਦੇ ਵਿੱਚ ਕੋਈ ਕਰੰਟ ਨਹੀਂ ਸੀਗਾ। ਅਤੇ ਅਸੀਂ ਉਹਨੂੰ ਤਕਰੀਬਨ 11:05 ਅਸੀਂ ਉਹਨੂੰ ਡਿਕਲੇਅਰ ਕਰਤਾ ਕਿ ਉਹ ਪੇਸ਼ੈਂਟ ਬਰੋਡ ਡੈਡ। ਅਤੇ ਜਿਹੜੀ ਟੀਕੇ ਵਾਲੀ ਗੱਲ ਤੁਸੀਂ ਕਹਿ ਰਹੇ ਹੋ, ਉਹਦੇ ਮੈਂ ਜਦੋਂ ਦੇਖਿਆ ਉਹਦੀ ਬਾਂਹ ਦੇ ਵਿੱਚ ਆਲਰੇਡੀ ਇੱਕ ਸਰਿੰਜ ਪਹਿਲੇ ਹੀ ਲੱਗੀ ਹੋਈ ਸੀ, ਮਤਲਬ ਉਹਨਾਂ ਨੇ ਵੀ ਨਹੀਂ ਛੱਡੀ, ਠੀਕ ਹੈ, ਕੱਢੀ ਨਹੀਂ ਉਹਨਾਂ ਨੇ ਸਰਿੰਜ ਔਰ ਸੂਈ ਪਹਿਲਾਂ ਹੀ ਲੱਗੀ ਹੋਈ ਸੀ। ਸਰਿੰਜ ਵਿੱਚ ਮੈਂ ਫੋਟੋ ਵੀ ਖਿੱਚੀ ਹੋਈ ਹੈ, ਤੁਹਾਨੂੰ ਫੋਟੋ ਵੀ ਦਿਖਾ ਦੂੰਗਾ, ਠੀਕ ਹੈ ਜੀ। ਆਹ ਦੇਖੋ ਮੇਰੇ ਫੋਨ 'ਚ ਹੀ ਫੋਟੋ ਹੈਗੀ ਹੈ। ਅਤੇ ਸਰ ਹੁਣ ਕਿੱਥੇ ਉਹਨੂੰ ਭੇਜਿਆ ਜੀ? ਅਸੀਂ ਪੁਲਿਸ ਨੂੰ ਇਤਲਾਹ ਕਰਤੀ ਹੈ ਜੀ, ਅਤੇ ਪੁਲਿਸ ਨੂੰ ਹੀ ਬੋਡੀ ਦੇਵਾਂਗੇ ਅਸੀਂ, ਅਤੇ ਬਾਕੀ ਪੁਲਿਸ ਡਿਸਾਈਡ ਕਰੇਗੀ ਕਿ ਉਹਦੀ ਕਾਰਵਾਈ ਕੀ ਕਰਨੀ ਹੈ, ਕੋਈ ਪੋਸਟਮਾਰਟਮ ਕਰਾਉਣ ਦੀ ਲੋੜ ਹੈਗੀ ਜਾਂ ਨਹੀਂ, ਉਹ ਹੁਣ ਪੁਲਿਸ ਦੇ ਥਰੂ ਹੀ। ਕਿੰਨੀ ਕੁ ਉਮਰ ਦਾ ਸੀਗਾ ਜੀ? ਉਹ ਤਕਰੀਬਨ 25 ਸਾਲ ਦਾ ਸੀਗਾ। ਹਾਂਜੀ ਸਰ, ਇਹ ਜਿਹੜਾ ਇੱਥੇ ਤੁਹਾਡੇ ਫੈਕਟਰੀ ਦੇ ਵਿੱਚ ਇੱਕ ਸੀਗਾ ਤੂੰ ਬਾਹਰੋਂ ਤੂੜੀ ਲੈ ਕੇ ਆਇਆ, ਉਹ ਕੀ ਮੇਨ ਮੁੱਦਾ ਹੈਗਾ, ਕੀ ਪ੍ਰੋਬਲਮ ਆਈ ਉਹਦੇ 'ਚ? ਪ੍ਰੋਬਲਮ ਤਾਂ ਕੋਈ ਨਹੀਂ ਹੈ ਜੀ, ਉੱਥੇ ਆਪਾਂ ਡਰਾਈਵਰ ਸੈੱਟ ਬਣਾਇਆ ਹੋਇਆ, ਉੱਥੇ ਡਰਾਈਵਰ ਸੈੱਟ 'ਚ ਬਾਥਰੂਮ ਹੈ, ਬਾਥਰੂਮ 'ਚ ਉਹ ਗਿਆ ਹੋਇਆ ਸੀ ਅਤੇ ਉੱਥੇ ਵਾਰ ਵਾਰ ਫੋਨ ਉਹਦਾ ਵੱਜਦਾ ਪਿਆ ਸੀ, ਡਰਾਈਵਰ ਕੋਈ ਸੁੱਤੇ ਸੀ, ਉਹਨਾਂ ਨੇ ਆ ਕੇ ਗੇਟ 'ਚ ਇਨਫੋਰਮ ਕੀਤਾ ਜੀ ਬੰਦਾ ਕੋਈ ਹੈਗਾ ਇੱਥੇ ਆਪਣੇ ਬਾਥਰੂਮ 'ਚ, ਅਤੇ ਆਪਾਂ ਗਏ ਹਾਂ ਉੱਥੇ, ਬੰਦੇ ਭੇਜੇ ਗਏ ਗੇਟ ਵਾਲੇ, ਉਹਨਾਂ ਨੇ ਜਾ ਕੇ ਬੰਦੇ ਨੂੰ ਕੱਢਿਆ, ਟੀਕਾ ਲੱਗਿਆ ਹੋਇਆ ਸੀ ਬਾਜੂ 'ਤੇ, ਅਤੇ ਡਾਕਟਰ ਬੁਲਾਇਆ ਅਸੀਂ, ਐਂਬੂਲੈਂਸ ਬੁਲਾਈ ਅਤੇ ਫਟਾਫਟ ਅਸੀਂ ਭੇਜ ਉਹਨੂੰ ਪ੍ਰੋਪਰ ਹੋਸਪਿਟਲ ਸ਼ਿਫਟ ਕਰਤਾ। ਕਿਵੇਂ ਜਦੋਂ ਬੰਦਾ ਇੱਥੋਂ ਚੱਕਿਆ ਸਾਹ ਸੂਹ ਚੱਲਦੇ ਸੀ ਕਿ ਨਹੀਂ ਸੀ? ਇਹ ਤਾਂ ਕੋਈ ਆਈਡੀਆ ਨਹੀਂ ਜੀ, ਡਾਕਟਰ ਦੇ ਅਨੁਸਾਰ ਤਾਂ ਕਹਿੰਦਾ ਸੀ ਹੋ ਸਕਦਾ ਮੇ ਬੀ ਹੋ ਵੀ ਸਕਦਾ ਔਰ ਨਾ ਵੀ ਹੋ ਸਕਦਾ। ਅੱਗੇ ਵੀ ਆਉਂਦਾ ਮੁੰਡਾ ਕਿ ਪਹਿਲੀ ਵਾਰੀ ਆਇਆ ਜੀ, ਕੋਈ ਤੁਹਾਡੀ ਨੌਲੇਜ 'ਚ ਗੱਲ? ਨਹੀਂ, ਇਹ ਤਾਂ ਹੁਣ ਆਉਂਦੇ ਜਾਂਦੇ ਰਹਿੰਦੇ, ਟਰੈਕਟਰਾਂ ਵਾਲੇ ਹੈਗੇ, ਇਹਨਾਂ ਦਾ ਕੋਈ ਪੱਕਾ ਤਾਂ ਹੈ ਨਹੀਂ। ਅਤੇ ਇਹਦੀ ਕਿੰਨੀ ਕੇਸ ਸੀ ਆਈਡੀਆ? ਮੇ ਬੀ ਅਪਰੋਕਸ ਹੋਏਗੀ ਜੀ ਕੋਈ 25-28 ਦੇ ਵਿੱਚ। ਅਤੇ ਇਹਦਾ ਕੋਈ ਪਿੰਡ ਪੁੰਡ ਦਾ ਪਤਾ ਲੱਗਿਆ ਕਿੱਥੋਂ ਦਾ ਰਹਿਣ ਵਾਲਾ? ਹਾਲੇ ਤੱਕ ਨਹੀਂ ਲੱਗਿਆ, ਹਾਲੇ ਤੱਕ ਨਹੀਂ ਲੱਗਿਆ। ਉਹਦੇ ਨਾਲ ਦੇ ਕੋਈ ਸਾਥੀ ਜੀ? ਉਹਦੇ ਵੈਸੇ ਜਾਣ ਵਾਲਾ ਮੁੰਡੇ ਇੱਕ ਦੋ ਨਾਲ ਗਏ ਨੇ, ਠੀਕ ਹੈ, ਉਹਨਾਂ ਦੇ ਬਾਰੇ ਮੈਨੂੰ ਕਨਫਰਮ ਨਹੀਂ ਆਇਆ। ਓਕੇ ਸਰ, ਥੈਂਕ ਯੂ।